ਬੈਠੇ ਰਹਿੰਦੇ ਹੋ ਹੈਗੀ ਇਹਨਾਂ ਨੂੰ ਹਾਂਜੀ ਹਾਂਜੀ ਲਿੰਪੀ ਸਕੈਂਡ ਜੀ ਪਰ ਇਹ ਧੱਫੜ ਕਰਦੇ ਮੁੰਡਾ ਕਹਿੰਦਾ ਆਉਂਦੇ ਆ ਪੰਜਾਬ ਚ ਲੰਪੀ ਸਕਿਨ ਪਸ਼ੂਆਂ ਦੀ ਬਿਮਾਰੀ ਦਾ ਬਹੁਤ ਵੱਡਾ ਕਹਿਰ ਚੱਲ ਰਿਹਾ ਤੇ ਲੱਖਾਂ ਪਸ਼ੂ ਪੰਜਾਬ ਦੇ ਜਿਹੜਾ ਪਸ਼ੂ ਧਨ ਆਪਣਾ ਉਹ ਬਿਮਾਰ ਆ ਤੇ ਲੱਖਾਂ ਪਸ਼ੂ ਜਿਹੜੇ ਆ ਮਰ ਗਏ ਆ ਤੇ ਇਹਦਾ ਬੜੀ ਦਹਿਸ਼ਤ ਫੈਲੀ ਆ ਪਿੰਡਾਂ ਚ ਮੈਂ ਅੱਜ ਡਰੋਲੀ ਕਲਾਂ ਤੇ ਨਾਲ ਦੇ ਪਿੰਡਾਂ 'ਚ ਅਸੀਂ ਅੱਜ ਸਾਰੇ ਹੋ ਕੇ ਆਏ ਹਾਂ ਅਤੇ ਲੋਕ ਵਿਚਾਰੇ ਬੜੇ ਪਰੇਸ਼ਾਨ ਆ ਜਿਨ੍ਹਾਂ ਨੇ ਪਸ਼ੂ ਰੱਖੇ ਆ ਕਿਉਂਕਿ ਦਵਾਈ ਬਿਲਕੁਲ ਨਹੀਂ ਹੈਗੀ ਡਿਸਪੈਂਸਰੀਆਂ 'ਚ ਸਰਕਾਰੀ ਦਵਾਈ ਕਿਤੇ ਨਹੀਂ ਮਿਲ ਰਹੀ ਇਹਦੇ ਵਿੱਚ ਐਂਟੀ ਐਲਰਜਿਕ ਟੀਕੇ ਦਵਾਈ ਵੀ ਚਾਹੀਦੀ ਆ ਇਹਦੇ ਵਿੱਚ ਐਂਟੀਬਾਇਓਟਿਕ ਵੀ ਚਾਹੀਦੀਆਂ ਦੋ ਤਰ੍ਹਾਂ ਦੀਆਂ ਐਂਟੀਬਾਇਓਟਿਕ ਵੀ ਚਾਹੀਦੀਆਂ ਆ ਕੋਈ ਵੀ ਦਿਕਾਈ ਦਵਾਈ ਜਿਹੜੀ ਆ ਸਰਕਾਰ ਦੇ ਹਸਪਤਾਲਾਂ 'ਚ ਅਤੇ ਡਿਸਪੈਂਸਰੀਆਂ 'ਚ ਨਹੀਂ ਮਿਲਦੀ ਅਤੇ ਨਾ ਹੀ ਕੋਈ ਵੀ ਸਰਕਾਰੀ ਮੁਲਾਜ਼ਮ ਅਤੇ ਨਾ ਹੀ ਕੋਈ ਹੋਰ ਬੰਦਾ ਜਿੱਥੇ ਜਿੱਥੇ ਪਸ਼ੂ ਰੱਖੇ ਉੱਥੇ ਕੋਈ ਪਹੁੰਚ ਰਿਹਾ ਲੋਕ ਆਪਣੇ ਤੌਰ 'ਤੇ ਹੱਥ ਪੈਰ ਮਾਰ ਰਹੇ ਆ ਬੜਾ ਨੁਕਸਾਨ ਆ ਪੰਜਾਬ ਦਾ ਇਹ ਸੋ ਮੈਂ ਇਹ ਬੇਨਤੀ ਕਰਦਾ ਮੈਂ ਹੁਣੇ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਔਰ ਇੱਥੇ ਲਾਗੇ ਲਾਗੇ ਜਿੰਨੀਆਂ ਚਾਹੇ ਕਦੋਲੇ ਲਾ ਲਓ ਚਾਹੇ ਤੁਸੀਂ ਮਾਨਕੋ ਲਾ ਲਓ ਘੜਿਆਲ ਲਾ ਲਓ ਕਿਤੇ ਡਾਕਟਰ ਤਾਂ ਛੱਡੋ ਕਿਤੇ ਫਾਰਮਾਸਿਸਟ ਵੀ ਨਹੀਂ ਕਿਤੇ ਡਿਸਪੈਂਸਰੀਆਂ 'ਚ ਕਲਾਸ 4 ਬੰਦਾ ਵੀ ਹੈਨੀਗਾ ਉੱਥੇ ਸੋ ਕਿੱਦਾਂ ਜਿਹੜੇ ਲੋਕ ਪਸ਼ੂਆਂ ਦਾ ਕੰਮ ਕਰਦੇ ਆ ਉਹਨਾਂ ਦੀ ਕਿੱਦਾਂ ਸਰਕਾਰ ਬਾਂਹ ਫੜੂਗੀ ਅਤੇ ਮੇਰੀ ਇਹ ਬੇਨਤੀ ਆ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਪਸ਼ੂ ਪਾਲਣ ਵਿਭਾਗ ਨੂੰ ਸਾਰੇ ਨੂੰ ਕਿ ਦੇਖੋ ਮਹੀਨੇ ਤੋਂ ਵੱਧ ਹੋ ਗਿਆ ਇਸ ਬਿਮਾਰੀ ਨੂੰ ਫੈਲਦਿਆਂ ਅਤੇ ਤੁਸੀਂ ਹਾਲੇ ਤੱਕ ਇਹਦੀ ਦਵਾਈ ਜਿਹੜੀ ਆ ਉਹ ਨਹੀਂ ਮੰਗਾ ਸਕੇ ਤੁਹਾਨੂੰ ਤਾਂ ਐਡਵਾਂਸ ਹੀ ਜੇ ਇਹਦੀ ਕੋਈ ਵੈਕਸੀਨ ਨਹੀਂ ਬਣੀ ਤਾਂ ਤੁਹਾਨੂੰ ਗੋਡ ਪੋਕਸ ਵਾਲੀ ਵੈਕਸੀਨ ਜਿਹੜੀ ਆ ਉਹ ਡਬਲ ਡੋਜ਼ ਕਰਕੇ ਅਸੀਂ ਡਾਕਟਰ ਸਾਹਿਬ ਨੂੰ ਪੁੱਛਿਆ ਰੰਧਾਵਾ ਸਾਹਿਬ ਨੂੰ ਉਹ ਲਾ ਸਕਦੇ ਸੀ ਪਹਿਲਾਂ ਜਦੋਂ ਇਹਦੀ ਭਣਕ ਹੀ ਪਈ ਆ ਬਿਮਾਰੀ ਦੀ ਸ਼ੁਰੂਆਤੀ ਦੌਰ ਵਿੱਚ ਜਦੋਂ ਪਹਿਲੇ ਪਸ਼ੂ ਬਿਮਾਰ ਹੋਏ ਆ ਪਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਬਹੁਤ ਵੱਡਾ ਪੰਜਾਬ 'ਚ ਨੁਕਸਾਨ ਹੋ ਰਿਹਾ ਜਿੱਥੋਂ ਵੀ ਦਵਾਈਆਂ ਦਾ ਪ੍ਰਬੰਧ ਕਰਨਾ ਜਿੱਥੇ ਕਿਤੇ ਵੀ ਗੱਲ ਕਰਨੀ ਆ ਗੱਲ ਕਰਕੇ ਇਹ ਦਵਾਈਆਂ ਲੋਕਾਂ ਨੂੰ ਪਹੁੰਚਾਓ ਲੋਕਾਂ ਦਾ ਨੁਕਸਾਨ ਲੱਖਾਂ ਦਾ ਨੁਕਸਾਨ ਹੋ ਰਿਹਾ ਆ ਮੈਨੂੰ ਜਥੇਦਾਰ ਮਨੋਹਰ ਸਿੰਘ ਜੀ ਦੱਸ ਰਹੇ ਸੀ ਵੀ ਜਿਹੜੀ ਗਾਂ 15 ਲੀਟਰ ਦੁੱਧ ਦਿੰਦੀ ਸੀ ਉਹ ਹੁਣ ਲੀਟਰ ਦੁੱਧ ਦੇ ਰਹੀ ਹੈ ਇੱਕ ਤਾਂ ਇਹ ਨੁਕਸਾਨ ਹੋ ਗਿਆ ਇੱਕ ਪਸ਼ੂ ਖਤਰੇ ਉਹਦੀ ਜਾਨ ਖਤਰੇ 'ਚ ਇਸ ਕਰਕੇ ਇਹਦੇ ਵੱਲ ਸਰਕਾਰ ਪੂਰਾ ਧਿਆਨ ਦੇਵੇ ਤਾਂ ਬਚਣਗੇ ਲੋਕਾਂ ਦੀ ਅਰਥ ਵਿਵਸਥਾ ਜਿਹੜੀ ਇਕੋਨਮੀ ਉਹ ਡਾਵਾਂਡੋਲ ਹੋ ਗਈ ਸਾਰੇ ਲੋਕਾਂ ਦੇ ਘਰਾਂ ਦੀ ਇਕੋਨਮੀ ਡਾਵਾਂਡੋਲ ਅਤੇ ਪੰਜਾਬ ਦੀ ਡਾਵਾਂਡੋਲ